ਮੈਂ ਹਰ ਸਿੱਖ ਨੂੰ ਕਵਾਂਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਵਾਰ ਘੱਟੋ ਘੱਟ ਤੁਸੀਂ ਪਾਕਿਸਤਾਨ ਜ਼ਰੂਰ ਆਓ। ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ। ਮੈਂ ਮੁਨੀਰ ਹੁਸ਼ਿਆਰਪੁਰੀਆ ਔਰ ਮੇਰੇ ਨਾਲ ਟਰੈਵਲ ਕਰ ਰਹੇ ਸਰਦਾਰ ਸਰਬਪ੍ਰੀਤ ਸਿੰਘ ਜੀ USA ਤੋਂ ਆਏ ਔਰ ਅਸੀਂ ਇਸ ਟਾਈਮ ਜਾ ਰਹੇ ਹਾਂ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ। ਮੈਂ ਪੁੱਛਣਾ ਚਾਹਾਂਗਾ, ਇਹ ਪਿਛਲੇ 2-3 ਦਿਨ ਤੋਂ ਹੈ ਇੱਥੇ ਪਾਕਿਸਤਾਨ ਦੇ ਵਿੱਚ ਔਰ ਅੱਜ ਇਹਨਾਂ ਨੇ ਇੱਥੇ ਵੀ ਹਾਜ਼ਰੀ ਦਿੱਤੀ, ਤੇ ਇਹ ਆਪਣੇ ਕੋਈ ਵਿਚਾਰ ਸਾਂਝੇ ਕਰਨ ਵੀ ਕਿੱਦਾਂ ਦਾ ਪਾਕਿਸਤਾਨ ਲੱਗਿਆ ਔਰ ਇੱਥੇ ਇਹਨਾਂ ਦੇ ਕੀ ਇਸ ਟਾਈਮ ਇਹਨਾਂ ਦੇ ਕੀ ਫੀਲਿੰਗਸ ਹੈ ਇੱਥੇ ਗੁਰਦੁਆਰਾ ਸਾਹਿਬ ਆ ਕੇ ਵੀ ਔਰ ਓਵਰਆਲ ਪਾਕਿਸਤਾਨ ਦਾ ਜਿਹੜਾ 2-3 ਦਿਨ ਦਾ ਐਕਸਪੀਰੀਅੰਸ ਹੈ ਉਹਨੂੰ ਜ਼ਰਾ ਪਲੀਜ਼ ਸ਼ੇਅਰ ਕਰਨਾ, ਥੋੜ੍ਹਾ ਉੱਚੀ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਾਕਿਸਤਾਨ ਆਇਆ ਬਸ 2 ਦਿਨ ਹੀ ਹੋਏ ਹਨ ਤੇ ਤੁਸੀਂ ਜਿਹੜੇ ਸਵਾਲ ਪੁੱਛੇ ਨੇ ਉਹਨਾਂ ਦਾ ਜਵਾਬ ਦੇਣਾ ਇਸ ਵੇਲੇ ਮੈਨੂੰ ਥੋੜਾ ਜਿਹਾ ਮੁਸ਼ਕਿਲ ਵੀ ਲੱਗ ਰਿਹਾ ਕਿਉਂਕਿ ਇਹ ਇੱਕ ਬੜਾ ਇਮੋਸ਼ਨਲ ਐਕਸਪੀਰੀਅੰਸ ਰਿਹਾ ਮੇਰੇ ਵਾਸਤੇ ਪਿਛਲੇ 2 ਦਿਨਾਂ ਦੇ ਵਿੱਚ ਹੀ। ਸੋ ਮੈਂ ਸੁਣਿਆ ਬਹੁਤ ਸੀ ਕਿ ਜਦੋਂ ਸਿੱਖ ਭਰਾ ਪਾਕਿਸਤਾਨ ਜਾਂਦੇ ਨੇ ਤੇ ਉਹਨਾਂ ਨੂੰ ਉੱਥੇ ਬੜੀ ਚੰਗੀ ਤਰ੍ਹਾਂ ਵੈਲਕਮ ਕੀਤਾ ਜਾਂਦਾ ਹੈ, ਉੱਥੇ ਉਹਨਾਂ ਦੀ ਬੜੀ ਕਦਰ ਹੁੰਦੀ ਹੈ। ਸੋ ਇਹ ਅਕਸਰ ਮੈਂ ਗੱਲ ਸੁਣੀ ਸੀ, ਬਟ ਜਿਸ ਤਰੀਕੇ ਦੇ ਨਾਲ ਮੈਨੂੰ ਇੱਥੇ ਪਾਕਿਸਤਾਨ ਦੇ ਵਿੱਚ ਵੈਲਕਮ ਕੀਤਾ ਗਿਆ ਹੈ ਇਹ ਮੇਰੀਆਂ ਐਕਸਪੈਕਟੇਸ਼ਨਸ ਤੋਂ ਬਹੁਤ ਵੱਧ ਕੇ ਹੈ। ਇਹ ਮਤਲਬ ਇੰਨਾ ਕੁ ਵੱਧ ਕੇ ਹੈ ਕਿ ਮੇਰੇ ਕੋਲ ਲਫ਼ਜ਼ ਨਹੀਂ ਹੈਗੇ। ਸ਼ੁਰੂਆਤ ਬਾਰਡਰ ਕਰਾਸਿੰਗ ਤੇ ਹੋਈ, ਹੁਣ ਮੈਨੂੰ ਆਪਣੇ ਕੰਮ ਦੇ ਦੌਰਾਨ ਦੁਨੀਆਂ ਦੇ ਕਈ ਮੁਲਕਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਪਰ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਇਮੀਗ੍ਰੇਸ਼ਨ ਆਫਿਸਰ ਨੇ ਮੈਨੂੰ ਪਾਕਿਸਤਾਨ ਦੇ ਵਿੱਚ ਵੈਲਕਮ ਕੀਤਾ ਅਟਾਰੀ ਬਾਰਡਰ ਤੇ, ਇੰਜ ਦੀ ਵੈਲਕਮ ਸ਼ਾਇਦ ਕਿਸੇ ਨੂੰ ਕਦੀ ਕਿਸੇ ਬਾਰਡਰ ਤੇ ਨਹੀਂ ਮਿਲੀ ਹੋਣੀ। ਉਹਨੇ ਆ ਕੇ ਸੁਭਾਵਿਕ ਸਲਾਮ ਅਲੈਕੁਮ ਕਿਹਾ ਮੈਨੂੰ ਤੇ ਜਦ ਮੈਂ ਜਵਾਬ ਦਿੱਤਾ ਮੂੰਹ ਉਹਦਾ ਖਿੜ ਗਿਆ। ਉਹਨੇ ਇੰਨੇ ਪਿਆਰ ਦੇ ਨਾਲ ਇੰਨੇ ਨਿੱਘ ਦੇ ਨਾਲ ਮੇਰਾ ਹੱਥ ਮਿਲਾਇਆ, ਮੈਨੂੰ ਵੈਲਕਮ ਕੀਤਾ। ਬਸ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਬਿਲਕੁਲ ਮੇਰਾ ਪਾਕਿਸਤਾਨ ਦੇ ਵਿੱਚ ਇਹੋ ਐਕਸਪੀਰੀਅੰਸ ਹੋਇਆ ਹੈ। ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼ਾਹੀ ਕਿਲ੍ਹੇ ਤੇ ਗਿਆ ਲਾਹੌਰ ਦੇ, ਕਿਉਂਕਿ ਇਹ ਮੇਰਾ ਵਿਸ਼ਾ ਵੀ ਹੈਗਾ ਤੇ ਮੈਨੂੰ ਉਹਨਾਂ ਇਮਾਰਤਾਂ ਦੇ ਵਿੱਚ ਇੰਟਰਸਟ ਵੀ ਬਹੁਤ ਹੈਗਾ। ਉੱਥੇ ਜਿਹੜੇ ਆਮ ਲੋਕ ਆਏ ਹੋਏ ਸਨ ਇੰਨੇ ਕੁ ਚਾਅ ਦੇ ਨਾਲ ਮਿਲੇ
ਕਿੰਨਿਆਂ ਨੇ ਆ ਕੇ ਮੈਨੂੰ ਪਰਮਿਸ਼ਨ ਮੰਗੀ ਕਿ ਵੀ ਤੁਹਾਡੇ ਨਾਲ ਅਸੀਂ ਫੋਟੋ ਖਿਚਾਣੀ ਹੈ, ਤੇ ਕੋਈ ਇਸ ਅੰਦਾਜ਼ ਦੇ ਨਾਲ ਨਹੀਂ ਕਿ ਕੋਈ ਅਜੀਬ ਕਿਸਮ ਦਾ ਸ਼ਖਸ ਆਇਆ, ਜਿਸ ਤਰ੍ਹਾਂ ਦੇ ਸ਼ਖਸ ਨੂੰ ਅਸੀਂ ਕਦੀ ਦੇਖਿਆ ਨਹੀਂ, ਉਹਨਾਂ ਨੂੰ ਪਤਾ ਸਿੱਖ ਕੌਣ ਹੁੰਦੇ ਨੇ, ਇੰਨੇ ਪਿਆਰ ਦੇ ਨਾਲ ਬਜ਼ੁਰਗ ਬੱਚੀਆਂ ਸਾਰੇ ਪੁੱਛਦੇ ਤੁਸੀਂ ਕਿੱਥੋਂ ਆਏ ਹੈਗੇ ਹੋ, ਵੈਲਕਮ ਕਰਦੇ ਨੇ। ਸੋ ਇਹ ਸਾਰੇ ਐਕਸਪੀਰੀਅੰਸਿਸ ਹਮੇਸ਼ਾ ਮੇਰੇ ਨਾਲ ਹੀ ਰਹਿਣਗੇ, ਤੇ ਮੈਂ ਇੱਥੋਂ ਜਾ ਕੇ ਥੋੜਾ ਜਿਹਾ ਟਾਈਮ ਲੈ ਕੇ ਸੋਚ ਕੇ ਇਹਨਾਂ ਬਾਰੇ ਲਿਖਾਂਗਾ ਵੀ। ਜਿਸ ਤਰ੍ਹਾਂ ਅੱਜ ਮੈਂ ਇੱਥੇ ਨਨਕਾਣਾ ਸਾਹਿਬ ਆਇਆ ਹਾਂ, ਤੇ ਇੱਥੇ ਆ ਕੇ ਤੇ ਜੋ ਮੇਰੀਆਂ ਇਮੋਸ਼ਨਸ ਹਨ ਇੱਕ ਵਾਰੀ ਫਿਰ ਬਿਆਨ ਕਰਨੀਆਂ ਮੁਸ਼ਕਿਲ ਹਨ। ਸਭ ਤੋਂ ਪਹਿਲਾਂ ਜੋ ਇੱਥੋਂ ਦਾ ਮਾਹੌਲ ਹੈ, ਜਿਸ ਤਰ੍ਹਾਂ ਇੱਥੇ ਇਮਾਰਤ ਦੀ ਮੇਨਟੇਨੈਂਸ ਹੈ, ਉਹ ਦੇਖ ਕੇ ਇਕਦਮ ਤਬੀਅਤ ਖੁਸ਼ ਹੋ ਗਈ। ਤੇ ਨੈਚੁਰਲੀ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਤੇ ਆ ਕੇ ਤੁਹਾਡੇ ਮਨ ਦੇ ਵਿੱਚ ਇਮੋਸ਼ਨਸ ਬੜੀਆਂ ਹੁੰਦੀਆਂ ਹਨ, ਬਟ ਉਹਨਾਂ ਇਮੋਸ਼ਨਸ ਤੋਂ ਇਲਾਵਾ ਦੇਖ ਕੇ ਇੱਥੇ ਕਿ ਕਿੰਨੀ ਸੋਹਣੀ ਤਰ੍ਹਾਂ ਇੱਥੇ ਗੁਰਦੁਆਰਿਆਂ ਦੀ ਸੰਭਾਲ ਹੋ ਰਹੀ ਹੈ, ਬਹੁਤ ਬਹੁਤ ਤਬੀਅਤ ਖੁਸ਼ ਹੋਈ। ਸੋ ਇਹ ਬਹੁਤ ਹੀ ਮੇਰਾ ਲਾਈਫ ਦਾ ਇੱਕ ਮੈਮੋਰੇਬਲ ਐਕਸਪੀਰੀਅੰਸ ਰਹੇਗਾ, ਤੇ ਮੈਂ ਲਫ਼ਜ਼ ਲੱਭ ਰਿਹਾ ਵਾਂ ਕਿਉਂਕਿ ਮੇਰੀ ਇਮੋਸ਼ਨਲ ਸਟੇਟ ਇਸ ਵੇਲੇ ਇਸ ਤਰ੍ਹਾਂ ਦੀ ਹੈ ਕਿ ਕੁਝ ਕਹਿਣਾ ਵੀ ਮੁਸ਼ਕਿਲ ਹੈ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਮੈਂ ਹਰ ਸਿੱਖ ਨੂੰ ਕਹਾਂਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਵਾਰ ਘੱਟੋ ਘੱਟ ਤੁਸੀਂ ਪਾਕਿਸਤਾਨ ਜ਼ਰੂਰ ਆਓ। ਸਰ ਨਾਹੀ ਅਵਰ